ਅਸੀਂ ਅੱਜ ਆਪਣੇ ਟੁਨ ਚੈਨਲ ਵੱਲੋਂ ਫਗਵਾੜਾ ਦੇ ਵਿੱਚ ਫਗਵਾੜਾ ਦੇ ਰੈਸਟ ਹਾਊਸ ਵਿੱਚ ਸ਼੍ਰੀਮਤੀ ਸੰਤੋਸ਼ ਚੌਧਰੀ ਜੀ ਦੇ ਨਾਲ ਮਿਲਣ ਆਏ ਹਾਂ। ਸਾਨੂੰ ਪਤਾ ਲੱਗਾ ਕਿ ਇਹ ਅੱਜ ਫਗਵਾੜਾ ਦੇ ਵਿੱਚ ਰੈਸਟ ਹਾਊਸ ਵਿੱਚ ਜਿਹੜੇ ਤਿੰਨਾਂ ਰਾਜਾਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਆ ਉਹਦੀ ਖੁਸ਼ੀ ਦਾ ਇਜ਼ਹਾਰ ਕਰਨ ਆਪਣੇ ਵਰਕਰਾਂ ਦੇ ਨਾਲ ਜਿਹੜੇ ਮੇਲ ਮਿਲਾਪ ਕਰਨ ਆਏ ਆ। ਅਤੇ ਮੈਂ ਪਹਿਲਾਂ ਤਾਂ ਮੈਡਮ ਸੰਤੋਸ਼ ਚੌਧਰੀ ਜੀ ਨੂੰ ਵਧਾਈ ਦਿੰਦਾ ਤਿੰਨਾਂ ਸਟੇਟਾਂ ਦੇ ਵਿੱਚ ਜਿੱਤ ਦੀ ਖੁਸ਼ੀ ਵਿੱਚ, ਅਤੇ ਤੁਹਾਨੂੰ ਇਸ ਜਿੱਤ ਦੀ ਬਹੁਤ ਬਹੁਤ ਵਧਾਈ ਜੀ। ਅਤੇ ਤੁਸੀਂ ਫਗਵਾੜਾ ਵਿੱਚ ਆਏ, ਇਸ ਦੇ ਨਾਲ ਵਰਕਰਾਂ ਦੇ ਨਾਲ ਜਿਹੜੀ ਖੁਸ਼ੀ ਸਾਂਝੀ ਕੀਤੀ ਉਹਦੇ ਦੋ ਬੋਲ ਸਾਡੇ ਚੈਨਲ ਨਾਲ ਵੀ ਸਾਂਝੇ ਕਰੋ। ਸਭ ਤੋਂ ਪਹਿਲਾਂ ਮੈਂ ਤੁਹਾਡਾ ਟੁਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਕਿ ਤੁਹਾਨੂੰ ਵੀ ਮੇਰਾ ਇੱਥੇ ਪਹੁੰਚਣ ਦਾ ਜਾਣਕਾਰੀ ਮਿਲ ਗਈ ਔਰ ਤੁਸੀਂ ਹਿੰਮਤ ਵੀ ਕੀਤੀ ਇੱਥੇ ਪਹੁੰਚਣ ਦੀ। ਸਾਡਾ ਕੰਮ ਹੈ ਜੀ ਪਿੱਛਾ ਕਰਨਾ, ਬਹੁਤ ਅੱਛਾ ਲੱਗਾ ਹੈ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ, ਕਾਂਗਰਸ ਪਾਰਟੀ ਨੂੰ ਜਿਹੜੀ ਜਿੱਤ ਹਾਸਿਲ ਹੋਈ ਹੈ ਵੱਡੀ ਵੱਡੀ ਸਟੇਟਾਂ ਦੇ ਵਿੱਚ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਇਸ ਦੇ ਵਿੱਚ ਮੈਂ ਮਹਿਸੂਸ ਕਰਦੀ ਹਾਂ ਔਰ ਸ਼ਾਇਦ ਕਾਂਗਰਸੀ ਹੋਣ ਦੇ ਨਾਤੇ, ਕਿਉਂਕਿ ਬਚਪਨ ਦੇ ਵਿੱਚ ਜਦੋਂ ਪੈਦਾ ਹੀ ਹੋਈ ਹੈ ਤਾਂ ਕਾਂਗਰਸ ਪਾਰਟੀ ਦਾ ਖੂਨ ਸੀ, ਇਹ ਇੰਟੂਸ਼ਨ ਸੀ ਕਿ ਜ਼ਰੂਰ ਅਸੀਂ ਇਹਨਾਂ ਤਿੰਨਾਂ ਰਾਜਾਂ ਵਿੱਚ ਸਾਡੀ ਜਿੱਤ ਹੋਏਗੀ। ਕਿਉਂਕਿ ਸੋਨੀਆ ਗਾਂਧੀ ਜੀ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਸੀ, ਡਾਕਟਰ ਮਨਮੋਹਨ ਸਿੰਘ ਜੀ ਕਰ ਰਹੇ ਸੀ, ਔਰ ਹੁਣ ਰਾਹੁਲ ਗਾਂਧੀ ਜੀ ਜਿਨ੍ਹਾਂ ਨੂੰ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਅਹਿਮ ਰੋਲ ਦਿੱਤਾ ਗਿਆ ਹੈ, ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ, ਉਹਨਾਂ ਨੇ ਜਿਹੜੀ ਮਿਹਨਤ ਕੀਤੀ ਹੈ ਜਨਤਾ ਦੇ ਵਿੱਚ ਜਾ ਕੇ ਔਰ ਇਹ ਦੱਸ ਕੇ ਕਿ ਅੱਜ ਜਿਨ੍ਹਾਂ ਦੇ ਹੱਥ ਦੇ ਵਿੱਚ ਹਿੰਦੁਸਤਾਨ ਦੀ ਬਾਗਡੋਰ ਸੰਭਾਲੀ ਹੋਈ ਹੈ ਨਰਿੰਦਰ ਮੋਦੀ ਜੀ ਨੂੰ, ਉਹਨਾਂ ਨੇ ਉਸ ਹਿੰਦੁਸਤਾਨ ਦਾ ਨਕਸ਼ਾ ਹੀ ਬਦਲਣ ਦੀ ਸਹੁੰ ਚੁੱਕ ਲਈ ਹੈ। ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਉਸ ਦੇ ਲਈ ਬਹੁਤ ਵੱਡੇ ਵੱਡੇ ਲੀਡਰਾਂ ਨੇ ਮੁਸ਼ੱਕਤ ਕੀਤੀ ਇਸ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ, ਆਜ਼ਾਦੀ ਲਾਏ ਔਰ ਫਿਰ ਹਿੰਦੁਸਤਾਨ ਦਾ ਸੰਵਿਧਾਨ ਬਣਾਇਆ ਗਿਆ। ਔਰ ਬਾਬਾ ਸਾਹਿਬ ਅੰਬੇਦਕਰ ਨੂੰ ਇਹ ਡਿਊਟੀ ਡਾਕਟਰ ਨਹਿਰੂ ਜੀ ਨੇ, ਜੋ ਕਿ ਪਹਿਲੇ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਦਿੱਤੀ ਸੀ। ਅਗਰ ਅੱਜ ਪ੍ਰਧਾਨ ਮੰਤਰੀ ਹੁੰਦੇ ਹੋਏ ਇਹ ਸੋਚ ਰੱਖਣ ਕਿ ਅਸੀਂ ਉਸ ਕੌਂਸਟੀਟਿਊਸ਼ਨ ਨੂੰ ਹੀ ਬਦਲਣਾ ਹੈ, ਸੰਵਿਧਾਨ ਨੂੰ ਬਦਲਣਾ ਹੈ, ਅਤੇ ਉਹ ਮੇਰਾ ਖਿਆਲ ਕਿਸੇ ਦੇ ਥੱਲੇ ਗਲੇ ਦੇ ਥੱਲੇ ਨਹੀਂ ਇਹ ਗੱਲ ਲੱਗ ਸਕਦੀ, ਕਿਉਂਕਿ ਤੁਸੀਂ ਸੜਕਾਂ ਦੇ ਨਾਂ ਬਦਲਣੇ ਸ਼ੁਰੂ ਕੀਤੇ, ਇੰਸਟੀਟਿਊਸ਼ਨ ਦੇ ਨਾਂ ਬਦਲਣੇ ਸ਼ੁਰੂ ਕੀਤੇ, ਪਰ ਸ਼ਹਿਰਾਂ ਦੇ ਬਦਲਤੇ, ਪਰ ਲੇਕਿਨ ਹੁਣ ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਹੀ ਬਦਲ ਦੇਣਾ ਹੈ। ਔਰ ਇੱਕ ਸੰਪ੍ਰਦਾਇਕ ਤਾਕਤਾਂ ਦਾ ਇਹੋ ਜਿਹਾ ਮਾਹੌਲ ਬਣਾ ਕੇ ਹਿੰਦੁਸਤਾਨ ਨੂੰ ਟੁਕੜੇ ਟੁਕੜੇ ਕਰਵਾਉਣ ਦੀ ਤੁਸੀਂ ਸਹੁੰ ਖਾ ਲਈ ਹੈ,
ਔਰ ਇਹ ਚੀਜ਼ਾਂ ਨੂੰ ਵੇਖਦੇ ਹੋਏ ਚਾਹੇ ਉਹ ਕਿਸਾਨ ਨੇ, ਚਾਹੇ ਉਹ ਵਪਾਰੀ ਵਰਗ ਨੇ, ਚਾਹੇ ਨੌਕਰੀ ਪੇਸ਼ਾ ਲੋਕ ਹੀ ਨੇ ਜਾਂ ਮਜ਼ਦੂਰ ਨੇ, ਅੱਜ ਤਰਾਹੀ ਤਰਾਹੀ ਕਰ ਰਹੇ ਸੀ। ਔਰ ਇਹ ਜਿਹੜੀ ਜਿੱਤ ਹੈ ਉਹਨਾਂ ਦੀ ਜਿੱਤ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਵੋਟਰਾਂ ਦੀ, ਉਹਨਾਂ ਦੀ ਜਿੱਤ ਹੈ ਕਿਉਂਕਿ ਉਹਨਾਂ ਦਾ ਵੀ ਉਨਾ ਹੀ ਰੋਲ ਹੈ ਇਸ ਦੇ ਵਿੱਚ ਜਿੰਨਾ ਕਿ ਕਿਸੇ ਮੰਤਰੀ ਦਾ ਹੋਏਗਾ, ਵਿਧਾਇਕ ਦਾ ਹੋਏਗਾ, ਸਾਂਸਦ ਦਾ ਹੋਏਗਾ। ਔਰ ਜਿਹੜਾ ਕਿ ਇੱਕ ਮਜ਼ਦੂਰ ਹੈ ਉਸਦਾ ਵੀ ਹਿੰਦੁਸਤਾਨ ਦੀ ਏਕਤਾ ਔਰ ਅਖੰਡਤਾ ਦੇ ਲਈ ਉਨਾ ਹੀ ਰੋਲ ਹੈ ਔਰ ਉਹਨਾਂ ਨੇ ਅਦਾ ਕੀਤਾ ਹੈ। ਔਰ ਮੈਨੂੰ ਇਹ ਸੀ ਜਿਸ ਦਿਨ ਰਿਜ਼ਲਟ ਨਿਕਲਿਆ ਹੈ, ਮੈਂ ਦਿੱਲੀ ਦੇ ਵਿੱਚ ਹੀ ਸੀ, ਸਵੇਰੇ ਪਾਰਲੀਮੈਂਟ ਲੱਗਾ, ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਦੋਨੋਂ ਇਕੱਠੇ ਗੱਡੀ ਵਿੱਚ ਆਏ, ਅਸੀਂ ਉਹਨਾਂ ਨੂੰ ਰਿਸੀਵ ਕੀਤਾ ਬਹੁਤ, ਉਹ ਵੀ ਖੁਸ਼ ਸੀ ਅਤੇ ਉਹਨਾਂ ਦੇ ਅਸੀਂ ਸਿਪਾਹੀ ਅਸੀਂ ਵੀ ਬਹੁਤ ਖੁਸ਼ ਸੀ। ਔਰ ਇਹ ਖੁਸ਼ੀ ਮੈਂ ਆਪਣੇ ਇਹਨਾਂ ਸਾਥੀਆਂ ਦੇ ਨਾਲ ਜਿਹੜੀ ਖੁਸ਼ੀ ਦਾ ਜ਼ਾਹਿਰ ਕਰਨਾ ਸੀ ਕਿਉਂਕਿ ਪਰਿਵਾਰ ਵਿੱਚ ਇਹ ਖੁਸ਼ੀਆਂ ਮਨਾਈ ਜਾਂਦੀ ਹੈ, ਅਤੇ ਅੱਜ ਮੈਂ ਇੱਥੇ ਫਗਵਾੜੇ ਦੇ ਵਿੱਚ ਆਈ ਹਾਂ। ਔਰ ਜਿਵੇਂ ਕਿ ਤੁਸੀਂ ਵੇਖਿਆ ਕਿ ਬਹੁਤ ਵਰਕਰ ਇੱਥੇ ਹਾਜ਼ਰ ਸਨ, ਹੁਣ ਇਹ ਵੀ ਪ੍ਰਧਾਨ ਹੈ ਸਾਡੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਜਿਹੜਾ ਕਪੂਰਥਲਾ ਹੈ ਉਹਨਾਂ ਨੂੰ ਸੰਭਾਲਿਆ ਹੈ। ਮੈਂ ਵੀ ਮਹਿਸੂਸ ਕਰਦੀ ਹਾਂ ਕਿ ਸਰਜੀਵਨ ਜੀ ਜਦੋਂ ਦੀ, ਮੈਂ ਵੀ 1980 ਤੋਂ ਸਾਡਾ ਪਰਿਵਾਰ ਇਸ ਏਰੀਏ ਦੀ ਪ੍ਰਤੀਨਿਧਤਾ ਕਰਦਾ ਰਿਹਾ ਹੈ। ਔਰ ਮੈਨੂੰ ਵੀ 3 ਵਾਰੀ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਇੱਥੇ ਤੱਕ ਪਹੁੰਚਾਇਆ ਹੈ ਕਿ ਅੱਜ ਤੁਸੀਂ ਵੀ ਜਿਹੜਾ ਇੰਟਰਵਿਊ ਲੈ ਰਹੇ ਹੋ ਉਹ ਇਹਨਾਂ ਦੀ ਬਦੌਲਤ ਹੀ ਹੈ, ਇਹਨਾਂ ਦੀ ਬਦੌਲਤ ਹੈ, ਨਹੀਂ ਤਾਂ ਕਿਉਂ ਸੰਤੋਸ਼ ਚੌਧਰੀ ਬਹੁਤ ਹੋ ਸਕਦੀਆਂ ਨੇ। ਔਰ ਅਗਰ ਮੈਂ ਹਿੰਦੁਸਤਾਨ ਦੀ ਡਾਕਟਰ ਮਨਮੋਹਨ ਸਿੰਘ ਜੀ ਦੇ ਮੰਤਰੀ ਮੰਡਲ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਉਹ ਸਭ ਇਹਨਾਂ ਦੀ ਬਦੌਲਤ ਹੈ। ਔਰ ਇਸੇ ਤਰੀਕੇ ਦੇ ਨਾਲ ਇਹ ਪਾਰਟੀ ਨੂੰ ਅੱਗੇ ਵਧਾਉਂਦੇ ਰਹਿਣਗੇ ਔਰ ਅਸੀਂ ਵੀ ਇੱਕ ਸਿਪਾਹੀ ਬਣ ਕੇ ਕੰਮ ਕਰਾਂਗੇ ਤਾਂ ਕਿ ਆਉਣ ਵਾਲੇ 2019 ਦੇ ਜਿਹੜਾ ਮਿਸ਼ਨ ਹੈ 2019 ਉਸ ਦੇ ਵਿੱਚ ਜਨਤਾ ਜੋ ਚਾਹੁੰਦੀ ਹੈ, ਜਿਸ ਦੀ ਉਹ ਆਸ ਰੱਖਦੀ ਹੈ, ਉਹ ਜ਼ਰੂਰ ਕਾਂਗਰਸ ਪਾਰਟੀ ਪੂਰਾ ਕਰੇਗੀ। ਔਰ ਫਿਰ ਆਪਣਾ ਜਿਹੜਾ ਝੰਡਾ ਹੈ ਬੁਲੰਦ ਕਰਦੇ ਹੋਏ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਜਿਹੜੀਆਂ ਆਸ਼ਾਵਾਂ ਨੇ ਉਸ ਨੂੰ ਜ਼ਰੂਰ ਪੂਰਾ ਕਰਾਂਗੇ ਔਰ ਹਿੰਦੁਸਤਾਨ ਦਾ ਨਾਂ ਰੌਸ਼ਨ ਕਰਾਂਗੇ। ਇਸ ਦੇ ਨਾਲ ਇੱਕ ਵਾਰ ਫਿਰ ਅਸੀਂ ਆਪਣੇ ਚੈਨਲ ਵੱਲੋਂ ਤੁਹਾਡੀ ਪਾਰਟੀ ਦਾ, ਕਾਂਗਰਸ ਪਾਰਟੀ ਦੀ ਜਿੱਤ ਦਾ ਧੰਨਵਾਦ ਦਿੰਦੇ ਹਾਂ ਜੀ। ਧੰਨਵਾਦ।